ਇਹੀ ਇਨਸਾਨ ਆ ਜਿਨੇ ਰੇਲ ਜਾਮ ਕੀਤੀ ਸੀਗੀ ਕਿ ਸਿਮਰਨ ਨੂੰ ਅਰੈਸਟ ਕੀਤਾ ਜਾਵੇ ਨਹੀਂ ਤਾਂ ਜੇ ਸਿਮਰਨ ਨੂੰ ਅਰੈਸਟ ਨਾ ਕੀਤਾ ਗਿਆ ਪੰਜਾਬ ਬੰਦ ਕਰਨ ਦੀ ਧਮਕੀ ਮੇਰੇ ਤੇ ਜਿਹੜੀ ਝੂਠੀ ਐਫ ਆਈ ਆਰ ਸੀ ਜਿਨ੍ਹਾਂ ਨੇ ਕਰਵਾਈ ਸੀ ਉਹੀ ਇਨਸਾਨ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਪਿਆਰੇ ਤੋਂ ਸਭ ਆਖੂਬੀ ਜਾਂਦੇ ਹੋਏ ਕੱਲ੍ਹ ਅਸੀਂ ਇੱਕ ਖਬਰ ਨਸ਼ਰ ਕੀਤੀ ਸੀ ਅਜਨਾਲਾ ਤੋਂ ਸ੍ਰੀ ਗੁਰੂ ਗਿਆਨ ਨਾਥ ਰਾਮ ਤੀਰਥ ਮੰਦਰ ਦੀ ਜਿੱਥੇ ਸਾਧਾਂ ਵੱਲੋਂ ਦੋ ਔਰਤਾਂ ਨੂੰ ਬੰਧਕ ਬਣਾ ਕੇ ਮੰਦਰ ਦੇ ਵਿੱਚ ਹੀ ਰੱਖਿਆ ਗਿਆ ਸੀ ਅਤੇ ਲਗਾਤਾਰ ਉਹਨਾਂ ਔਰਤਾਂ ਨਾਲ ਬਲਾਤਕਾਰ ਕੀਤਾ ਜਾ ਰਿਹਾ ਸੀ ਮੀਡੀਆ ਦੇ ਪੁਲਿਸ ਨੇ ਲਾਈਵ ਰੇਡ ਕਰਕੇ ਇਹਨਾਂ ਔਰਤਾਂ ਨੂੰ ਇਹਨਾਂ ਢੋਂਗੀ ਸਾਧਾਂ ਦੇ ਜੰਗਲ ਵਿੱਚੋਂ ਛੁਡਾਇਆ ਤੇ ਹੁਣ ਤੁਹਾਨੂੰ ਦੱਸਦੇ ਹਾਂ ਕਿ ਕਿਸ ਤਰੀਕੇ ਅਜਨਾਲਾ ਦੇ ਇਸ ਰਾਮ ਤੀਰਥ ਮੰਦਰ ਦੇ ਢੋਂਗੀ ਸਾਧਾਂ ਨੇ ਐਡਵੋਕੇਟ ਹਰਸਿਮਰਤ ਕੌਰ ਗਿੱਲ ਦੇ ਉੱਤੇ ਵੀ ਪਰਚਾ ਦਰਜ ਕਰਵਾਇਆ ਸੀ ਜੋ ਕਿ ਬੇਬੁਨਿਆਦ ਅਤੇ ਝੂਠਾ ਸੀ ਤੇ ਅਜਿਹੇ ਡੇਰੇ ਅਜਿਹੇ ਢੋਂਗੀ ਸਾਧ ਸਿਰਫ ਤਾਂ ਹੀ ਪਨਪਦੇ ਨੇ ਜਦੋਂ ਅੰਨੀ ਸ਼ਰਧਾ ਦੇ ਵਿੱਚ ਅਸੀਂ ਅਜਿਹੇ ਦੇਹਧਾਰੀਆਂ ਨੂੰ ਮੱਥੇ ਟੇਕਣਾ ਸ਼ੁਰੂ ਕਰ ਦਿੰਦੇ ਹਾਂ ਚੜਾਵੇ ਚੜਾਉਣਾ ਸ਼ੁਰੂ ਕਰ ਦਿੰਦੇ ਹਾਂ ਦੇਹਧਾਰੀਆਂ ਦੇ ਪਿੱਛੇ ਲੱਗ ਕੇ ਅਸੀਂ ਅਸਲ ਇਸ਼ਟ ਨੂੰ ਭੁੱਲ ਬੈਠਦੇ ਹਾਂ ਨੌਜਵਾਨਾਂ ਲਈ ਮਿਸਾਲ ਹੱਕ ਸੱਚ ਦੀ ਆਵਾਜ਼ ਬੁਲੰਦ ਕਰਨ ਵਾਲੀ ਜੁਝਾਰੂ ਐਡਵੋਕੇਟ ਹਰਸਿਮਰਨ ਕੌਰ ਗਿੱਲ ਨੇ ਲਾਈਵ ਹੋ ਕੇ ਦੱਸੀ ਪੂਰੀ ਕਹਾਣੀ ਕਿ ਆਖਿਰ ਇਸ ਡੇਰੇ ਦੇ ਪਿੱਛੇ ਕਿਹੜੇ ਕਾਲੇ ਧੰਦੇ ਚੱਲਦੇ ਸਨ ਤੇ ਕਿਉਂ ਉਹਨਾਂ ਉੱਤੇ ਪਰਚਾ ਦਰਜ ਕਰਵਾਇਆ ਗਿਆ ਸੀ ਇਸ ਡੇਰੇਦਾਰਾਂ ਵੱਲੋਂ ਸਤਿ ਸ਼੍ਰੀ ਅਕਾਲ ਜੀ ਮੈਂ ਐਡਵੋਕੇਟ ਸਿਮਰਨਜੀਤ ਕੌਰ ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਮੈਂ ਕਿਹੜਾ ਕੇਸ ਡਿਸਕਸ ਕਰਨਾ ਮੈਂ ਪਹਿਲਾਂ ਹੀ ਦੱਸਿਆ ਸੀਗਾ ਕਿ 3:30 ਵਜੇ ਮੈਂ ਲਾਈਵ ਆਉਂਗੀ ਸ਼੍ਰੀ ਗੁਰੂ ਗਿਆਨ ਨਾਥ ਰਾਮ ਤੀਰਥ ਮੰਦਰ ਦੇ ਆਸ਼ਰਮ ਦੇ ਜਿਹੜੇ ਪੁਜਾਰੀ ਸੀਗੇ ਉਹਨੂੰ ਉਹਨਾਂ ਦੀ ਤੇ ਐਫ ਆਈ ਆਰ ਇਹ ਉਹੀ ਲੋਕ ਨੇ ਅਤੇ ਜਿਹੜਾ ਨਛੱਤਰ ਹੈ ਮੇਨ ਇਹ ਉਹੀ ਇਨਸਾਨ ਆ ਜਿਹਨੇ ਮੇਰੇ 'ਤੇ ਐਫ ਆਈ ਆਰ ਕਰਵਾਈ ਸੀ ਉਸ ਸਮੇਂ ਕਿਉਂਕਿ ਮੇਰੇ ਕੋਲ ਉਹੋ ਜਿਹੇ ਸੋਲਿਡ ਪਰੂਫ ਨਹੀਂ ਸੀਗੇ ਇਹਨਾਂ ਦੇ ਖਿਲਾਫ ਅਤੇ ਮੈਂ ਨਹੀਂ ਬੋਲੀ ਬਹੁਤ ਚੀਜ਼ਾਂ ਨੇ ਹੁਣ ਜਿਹੜੀਆਂ ਮੈਂ ਅੱਜ ਤੁਹਾਡੇ ਨਾਲ ਸਾਂਝੀਆਂ ਕਰਾਂਗੀ ਕਿਉਂਕਿ ਕਹਿੰਦੇ ਆ ਕਿ ਰੱਬ ਦੇ ਘਰ ਨਾ ਜਿਹੜਾ ਇਨਸਾਫ ਆ ਜਿਹੜਾ ਪਰਮਾਤਮਾ ਇਨਸਾਫ ਕਰਦਾ ਉਹ ਬਹੁਤ ਵੱਡਾ ਇਨਸਾਫ ਹੁੰਦਾ ਅਤੇ ਸਾਰਿਆਂ ਨੂੰ ਇੱਥੇ ਹੀ ਆਪਣੇ ਕਰਮਾਂ ਦੀ ਸਜ਼ਾ ਮਿਲਦੀ ਹੈ ਅਤੇ ਚਲੋ ਬਾਕੀ ਗੱਲਾਂ ਤਾਂ ਬਾਅਦ ਦੀਆਂ ਹੁਣ ਮੈਂ ਪਹਿਲਾਂ ਦੱਸਦੀ ਹਾਂ ਕਿ ਲੋਕੋ ਕੇ ਥਾਣੇ ਦੇ ਵਿੱਚ ਐਫ ਆਈ ਆਰ ਹੋਈ ਆ 4 ਬੰਦਿਆਂ ਦੇ ਖਿਲਾਫ ਜਿਹੜੇ ਕਿ ਜਿਹੜਾ ਇਹ ਆਸ਼ਰਮ ਆ ਉਹਦੇ ਦੋ ਤਾਂ ਗੁਰੂ ਰਾਮ ਤੀਰਥ ਮੰਦਰ ਆ ਸ਼੍ਰੀ ਰਾਮ ਤੀਰਥ ਮੰਦਰ ਆ ਜਿਹੜਾ ਉਹਦੇ ਪੁਜਾਰੀ ਨੇ ਠੀਕ ਹੈ ਅਤੇ ਇੱਕ ਦਾ ਨਾਮ ਹੈਗਾ ਐਫ ਆਈ ਆਰ ਦੇ ਵਿੱਚ ਹੈਗਾ ਆ ਮੈਂ ਦੋ ਦੱਸ ਦਿੰਦੀ ਹਾਂ ਵਰਿੰਦਰ ਨਾਥ ਸੂਰਜ ਨਾਥ ਨਛੱਤਰ ਨਾਥ ਨਛੱਤਰ ਨਾਥ ਇਹਦੇ ਵਿੱਚ ਮੇਨ ਹੈ ਨਛੱਤਰ ਨਾਥ ਮੇਨ ਇਸ ਲਈ ਹੈ ਇਹ ਉਹੀ ਇਨਸਾਨ ਆ ਜਿਹਨੇ ਰੇਲ ਜਾਮ ਕੀਤੀ ਸੀਗੀ ਕਿ ਸਿਮਰਨ ਨੂੰ ਅਰੈਸਟ ਕੀਤਾ ਜਾਵੇ ਨਹੀਂ ਤਾਂ ਜੇ ਸਿਮਰਨ ਨੂੰ ਅਰੈਸਟ ਨਾ ਕੀਤਾ ਗਿਆ ਪੰਜਾਬ ਬੰਦ ਕਰਨ ਦੀ ਧਮਕੀ ਮੇਰੇ 'ਤੇ ਜਿਹੜੀ ਝੂਠੀ ਐਫ ਆਈ ਆਰ ਸੀ ਜਿਨ੍ਹਾਂ ਨੇ ਕਰਵਾਈ ਸੀ ਉਹੀ ਇਨਸਾਨ ਨੇ ਸੋ ਕਹਾਣੀ ਦੀ ਡਿਟੇਲ ਦੇ ਵਿੱਚ ਜਾਣ ਤੋਂ ਪਹਿਲਾਂ ਵੀ ਕੀ ਕਹਾਣੀ ਆ ਕੀ ਆ ਕਿੱਦਾਂ ਆ ਉਹ ਤੋਂ ਜਾਣ ਤੋਂ ਪਹਿਲਾਂ ਮੈਂ ਤੁਹਾਡੇ ਨਾਲ 2-4 ਗੱਲਾਂ ਸਾਂਝੀਆਂ ਕਰਨਾ ਚਾਹੁੰਦੀ ਹਾਂ ਉਹ ਗੱਲਾਂ ਇਹ ਨੇ ਕਿ ਸੋਚੋ ਹੁਣ ਇਹ ਗੱਲਾਂ ਸੋਚੋ ਕਿ ਇਹ ਕਿੱਡਾ ਪਵਿੱਤਰ ਸਥਾਨ ਆ ਠੀਕ ਮੈਂ ਤਾਂ ਇਨਸਾਨ ਦੇ ਪਰਿਵਰਤਨ ਦੀ ਗੱਲ ਕੀਤੀ ਸੀਗੀ ਮੇਰੇ 'ਤੇ ਇਹਨਾਂ ਨੇ ਇਨਸਾਨ ਦੇ ਪਰਿਵਰਤਨ ਦੀ ਗੱਲ ਕਰਦੇ ਹੋਏ ਹੀ ਪਰਚਾ ਕਰਵਾ ਦਿੱਤਾ ਸੀਗਾ ਪਰ ਮੈਂ ਪਹਿਲਾਂ ਵੀ ਜਿਵੇਂ ਦੱਸਿਆ ਸੀਗਾ ਕਿ ਜੋ ਮੇਰੇ 'ਤੇ ਪਰਚਾ ਕਰਵਾਇਆ ਗਿਆ ਇਹ ਸਿਰਫ ਇੱਕ ਪੋਲੀਟੀਸਾਈਜ਼ ਮੈਟਰ ਸੀਗਾ ਸਿਰਫ ਮੇਰੀ ਆਵਾਜ਼ ਨੂੰ ਦੱਬਣ ਲਈ ਪਰ ਮੇਰੀ ਆਵਾਜ਼ ਕਿਉਂ ਦੱਬਣ ਦੀ ਕੋਸ਼ਿਸ਼ ਕੀਤੀ ਗਈ ਇਹਦੀ ਵੀ ਮੈਂ ਤੁਹਾਨੂੰ ਹੁਣ ਸਾਰੀਆਂ ਡਿਟੇਲ ਦਊਂਗੀ ਮੈਂ 19 ਦਿਨਾਂ ਦੀ ਇਸੇ ਲਈ ਚੁੱਪ ਸੀਗੀ ਕਿਉਂਕਿ ਮੈਨੂੰ ਪਤਾ ਸੀਗਾ ਕੁਛ ਨਾ ਕੁਛ ਨਿਕਲਣਾ ਆ ਕਿਉਂਕਿ ਮੇਰੇ ਕੋਲ ਇਹਨਾਂ ਦੇ ਖਿਲਾਫ ਗੁਮਨਾਮ ਨਾਮ ਤੋਂ ਆਈਆਂ ਹੋਈਆਂ ਚਿੱਠੀਆਂ ਸੀਗੀਆਂ ਸੋ ਗੱਲਾਂ ਬਾਅਦ ਵਿੱਚ ਦੱਸਦੀ ਹਾਂ ਪਹਿਲਾਂ ਹੁਣ ਮੈਂ ਜਿਹੜੀ ਜ਼ਰੂਰੀ ਗੱਲ ਆ ਉਹ ਦੱਸਦੀ ਹਾਂ ਕਿ ਹੋਇਆ ਇਸ ਮੰਦਰ ਦੇ ਵਿੱਚ ਦੋ ਔਰਤਾਂ ਜਿਹੜੀਆਂ ਕਾਫੀ ਦੇਰ ਤੋਂ ਗੁਰਦਾਸਪੁਰ ਤੋਂ ਹੈਗੀਆਂ ਨੇ ਉਹ ਔਰਤਾਂ ਉੱਥੇ ਦਾ ਪਿੰਡ ਤਲਵੰਡੀ ਉੱਥੇ ਦੀਆਂ ਸੀਗੀਆਂ ਉਹਨਾਂ ਦੀ ਸ਼ਰਧਾ ਸੀਗੀ ਕਿਉਂਕਿ ਉਹ ਔਰਤ ਦੇ ਵਿਆਹ ਨੂੰ ਵਾਹਵਾ ਦੇਰ ਹੋ ਗਈ ਸੀਗੀ ਅਤੇ ਉਹਦੇ ਬੱਚਾ ਨਹੀਂ ਹੋ ਰਿਹਾ ਸੀਗਾ ਅਤੇ ਉਹਨਾਂ ਨੂੰ ਕਿਸੇ ਨੇ ਕਿਹਾ ਕਿ ਤੁਸੀਂ ਉੱਥੇ ਸੇਵਾ ਕਰੋਗੇ ਦੇਖੋ ਕਿੰਨੀ ਸ਼ਰਧਾ ਨਾਲ ਉਹ ਔਰਤਾਂ ਉੱਥੇ ਸੇਵਾ ਕਰਨ ਆਉਂਦੀਆਂ ਸੀਗੀਆਂ ਅਤੇ ਉਹਨਾਂ ਨੂੰ ਕਿਸੇ ਨੇ ਕਿਹਾ ਕਿ ਤੁਹਾਡੇ ਬੱਚਾ ਹੋ ਜਾਵੇਗਾ ਤੁਸੀਂ ਇੱਥੇ ਸ਼ਰਧਾ ਦੇ ਨਾਲ ਮੱਥਾ ਟੇਕੋ ਅਤੇ ਉਹ ਮੱਥਾ ਟੇਕਣ ਜਾਂਦੀਆਂ ਸੀ ਅਤੇ ਉੱਥੇ ਦਾ ਜਿਹੜਾ ਮੇਨ ਹੈਗਾ ਉਹਦਾ ਨਾਮ ਨਛੱਤਰ ਤੋਂ ਵੀ ਵੱਡਾ ਜਿਹੜਾ ਇਹਨਾਂ ਦਾ ਹੈਗਾ ਆ ਗੁਰੂ ਅਤੇ ਉਹਦੇ ਨਾਲ ਉਹਨਾਂ ਦਾ ਮੇਲ ਮਿਲਾਪ ਹੋਇਆ ਅਤੇ ਉਹਨਾਂ ਨੇ ਕਿਹਾ ਕਿ ਜੇ ਇੱਥੇ ਸੇਵਾ ਕਰੇਂਗੀ ਤਾਂ ਤੇਰੇ ਬੱਚਾ ਸੋਚੋ ਉਸ ਔਰਤ ਦੀ ਸ਼ਰਧਾ ਕਿੱਡੀ ਵੱਡੀ ਹੋਣੀ ਆ ਠੀਕ ਆ ਅਤੇ ਉਹ ਇਹਨੂੰ ਬਾਬਾ ਜੀ ਕਹਿੰਦੀ ਆ ਉਹ ਬਾਬਾ ਇਹ ਲੰਗਰ ਦੇ ਵਿੱਚ ਉਹਨੂੰ
ਬੋਲਦਾ ਆ ਬਾਬਾ ਕਿ ਤੂੰ ਨਾ ਹਲੇ ਨਾ ਜਾਈ ਨਾ ਕਿਤੇ ਵੀ ਅੱਜ ਘਰ ਨਾ ਜਾਈ ਰਾਤ ਨੂੰ ਸਰਾਂ ਚ ਹੀ ਰੁਕ ਜੀ ਉਹ ਸਰਾਂ ਚ ਰੁਕ ਜਾਂਦੀ ਆ ਤੇ ਉਹਨੂੰ ਜ਼ਬਰਦਸਤੀ ਲਿਜਾ ਕੇ ਉਹਦੇ ਨਾਲ ਨਛੱਤਰ ਨਾਥ ਵਰਿੰਦਰ ਨਾਥ ਸੂਰਜ ਨਾਥ ਤੇ ਉਹ ਜਿਹੜਾ ਬਾਬਾ ਤੀਜੇ ਦਾ ਨਾਮ ਮੈਨੂੰ ਨਾਮ ਨਹੀਂ ਯਾਦ ਆ ਰਿਹਾ ਉਹ ਜਿਹੜਾ ਤੀਜਾ ਆ ਐਫ ਆਈ ਆਰ ਦੇ ਵਿੱਚ ਉਹਦਾ ਨਾਮ ਹੈਗਾ ਉਹ ਉਹਦੇ ਨਾਲ ਰੇਪ ਕਰਦੇ ਨੇ ਤੇ ਫਿਰ ਜਦੋਂ ਇਹਦੀ ਰਿਪੋਰਟ ਮਿਲਦੀ ਆ ਉੱਥੇ ਜਾ ਕੇ ਇਹਨਾਂ ਔਰਤਾਂ ਦੀ ਰਿਕਵਰੀ ਜਿਹੜੀ ਔਰਤਾਂ ਹੈ ਉਹਨਾਂ ਨੂੰ ਰੈਸਕਿਊ ਆ ਉਹ ਖੁਦ ਮੈਜਿਸਟ੍ਰੇਟ ਤੇ ਪੁਲਿਸ ਕਰਦੀ ਆ ਤੇ ਉਹਨਾਂ ਦੇ ਉੱਤੇ 376 ਸਾਰਿਆਂ ਨੂੰ ਪਤਾ ਬਲਾਤਕਾਰ ਦਾ ਪਰਚ ਆ ਠੀਕ ਹੈ 342 ਜੋ ਕਿ ਰੋਂਗਫੁਲ ਕਨਫਾਈਨਮੈਂਟ ਹੁੰਦਾ ਕਿ ਔਰਤਾਂ ਨੂੰ ਉਹਨਾਂ ਨੇ ਉੱਥੇ ਬੰਦੀ ਬਣਾਇਆ ਸੀ ਉਸ ਚੀਜ਼ ਦਾ ਪਰਚਾ ਨਾਲ ਚੋਰੀ ਦਾ ਪਰਚਾ ਨਾਲ ਕਾਮਨ ਇੰਟੈਂਸ਼ਨ ਜਿਹੜਾ ਸੈਕਸ਼ਨ 34 ਆ ਉਹਦਾ ਪਰਚਾ ਲੱਗਿਆ ਪਰ ਹੋਰ ਬਹੁਤ ਸਾਰੀਆਂ ਧਾਰਾਵਾਂ ਨੇ ਜਿਹੜੀਆਂ ਐਡ ਕਰਨੀਆਂ ਜ਼ਰੂਰੀ ਨੇ ਅਤੇ ਕੀਤੀਆਂ ਜਾਣਗੀਆਂ ਅਤੇ ਪਹਿਲੀ ਗੱਲ ਹੁਣ ਜਿਹੜੀ ਦੂਜੀ ਗੱਲ ਜਿਹੜੀ ਕਰਨੀ ਤਾਂ ਸੀਗੀ ਐਫ ਆਈ ਆਰ ਦੀ ਡਿਟੇਲ ਜਿਹੜੀ ਦੂਜੀ ਗੱਲ ਮੈਂ ਕਰਨੀ ਸੀਗੀ ਕਿ ਇਹ ਜਿਹੜੀਆਂ ਕਰਤੂਤਾਂ ਨੇ ਨਾ ਇਹਨਾਂ ਦੀਆਂ ਇਹ ਹੁਣ ਤੋਂ ਨਹੀਂ ਮੈਨੂੰ ਮੇਰੀ ਟੀਮ ਨੂੰ ਬਹੁਤ ਦੇਰ ਤੋਂ ਇਹਨਾਂ ਗੱਲਾਂ ਦਾ ਪਤਾ ਲੱਗ ਚੁੱਕਿਆ ਸੀਗਾ ਸਾਡੇ ਕੋਲ ਬਹੁਤ ਸਾਰੀਆਂ ਗੁੰਮਨਾਮ ਚਿੱਠੀਆਂ ਆਈਆਂ ਸੀਗੀਆਂ ਕਿਉਂਕਿ ਪਤਾ ਹੀ ਆ ਤੁਹਾਨੂੰ ਕਿ ਕਿੰਨੇ ਸਾਲਾਂ ਤੋਂ ਮੈਂ ਜਿਹੜੀ ਹੈਗੀਆਂ ਰੇਪ ਵਿਕਟਮ ਆ ਇਹਨਾਂ ਦੀ ਸਪੋਰਟ ਕਰਦੀ ਆ ਰਹੀ ਹਾਂ ਰੇਪ ਵਿਕਟਮ ਨੂੰ ਜਾਂ ਚਾਈਲਡ ਅਬਿਊਸ 'ਤੇ ਕੰਮ ਜਦੋਂ ਮੇਰਾ ਬਹੁਤ ਜ਼ਿਆਦਾ ਤੇਜ਼ੀ ਨਾਲ ਵੱਧ ਰਿਹਾ ਸੀਗਾ ਜਦੋਂ ਮੈਂ ਮੇਰੀ ਜਿਹੜੀ ਬਚਪਨ ਬਚਾਓ ਮੁਹਿੰਮ ਆ ਨਾ ਉਹਨੂੰ ਸਾਰੇ ਪੰਜਾਬ ਦੇ ਵਿੱਚੋਂ ਪਿਆਰ ਮਿਲ ਰਿਹਾ ਕਿਉਂਕਿ ਸਾਰਿਆਂ ਨੂੰ ਆਪਣੇ ਬੱਚਿਆਂ ਦਾ ਹੈ ਅਤੇ ਆਪਾਂ ਰੇਪ ਦੇ ਖਿਲਾਫ ਇੱਕ ਯੰਗ ਖੜੀ ਕੀਤੀ ਹੋਈ ਸੀ ਅਤੇ ਉਹਨਾਂ ਨੂੰ ਸੀਗਾ ਉਹਨਾਂ ਨੂੰ ਪਤਾ ਸੀਗਾ ਇਹ ਜਿਹੜਾ ਨਛੱਤਰ ਆ ਜਾਂ ਇਹਦੇ ਸਾਥੀ ਸੀਗੇ ਇਹਨਾਂ ਨੂੰ ਪਤਾ ਸੀਗਾ ਕਿ ਹੁਣ ਇਹ ਸਾਡੇ ਖਿਲਾਫ ਕਾਰਵਾਈ ਕਰੂਗੀ ਤਾਂ ਉਹਨਾਂ ਨੇ ਮੈਨੂੰ ਮੇਰੀ ਇੱਕ ਵੀਡੀਓ ਚੱਕ ਕੇ ਜਿਹੜੀ ਮੈਂ ਇਨਸਾਨ ਦੇ ਪਰਿਵਰਤਨ ਦੀ ਗੱਲ ਕੀਤੀ ਆ ਜਿਸ ਵੀਡੀਓ ਦੇ ਵਿੱਚ ਜਿਸ ਵਿੱਚ ਮੈਂ ਕਿਸੇ ਧਰਮ ਦਾ ਅਪਮਾਨ ਨਹੀਂ ਕੀਤਾ ਅਤੇ ਜਿਸ 'ਤੇ ਮੈਂ ਵਾਰ ਵਾਰ ਮਾਫੀਆਂ ਵੀ ਮੰਗੀਆਂ ਕਿ ਜੇ ਮੇਰੇ ਕਰਕੇ ਕਿਸੇ ਦੀਆਂ ਧਾਰਮਿਕ ਭਾਵਨਾਵਾਂ ਹਰਟ ਹੋਈਆਂ ਨੇ ਮਾਫ਼ ਕਰ ਦਿਉ ਇੱਥੇ ਵੱਡੇ ਵੱਡੇ ਮਤਲਬ ਅਕਸਰ ਹੀ ਰੋਜ਼ ਹੀ ਆਏ ਦਿਨ ਇਹੋ ਜਿਹੀਆਂ ਘਟਨਾਵਾਂ ਹੁੰਦੀਆਂ ਨੇ ਜਿੱਥੇ ਕੋਈ ਕਿਸੇ ਦੇ ਧਰਮ ਨੂੰ ਠੇਸ ਪਹੁੰਚਦੀ ਹੈ ਅਤੇ ਨਾਲ ਦੀ ਨਾਲ ਉਹਨਾਂ ਨੂੰ ਮਾਫ਼ੀ ਮਿਲ ਜਾਂਦੀ ਆ ਤੁਸੀਂ ਸੋਚੋ ਮੈਂ ਇੱਕ ਮਹੀਨਾ ਮਾਫ਼ੀਆਂ ਮੰਗੀਆਂ ਮਹੀਨਾ ਵੀ ਕੀ ਮੈਂ 4 ਮਹੀਨੇ ਮਾਫ਼ੀਆਂ ਮੰਗੀਆਂ ਠੀਕ ਆ ਮੈਂ ਵਾਰ ਵਾਰ ਦੱਸਿਆ ਕਿ ਮੈਂ ਸਭ ਧਰਮਾਂ ਦੀ ਇੱਜ਼ਤ ਕਰਦੀ ਹਾਂ ਮੈਂ ਵਾਰ ਵਾਰ ਕਿਹਾ ਕਿ ਜਿਵੇਂ ਮੇਰਾ ਬਾਬਾ ਨਾਨਕ ਉਵੇਂ ਹੀ ਉਹਨਾਂ ਦੇ ਜੋ ਗੁਰੂ ਨੇ ਜਿਨ੍ਹਾਂ ਨੂੰ ਉਹ ਮੰਨਦੇ ਨੇ ਉਵੇਂ ਹੀ ਆ ਮੇਰੇ ਲਈ ਮੈਂ ਹਰ ਧਰਮ ਦੀ ਇੱਜ਼ਤ ਕਰਦੀ ਹਾਂ ਪਰ ਉਹਨਾਂ ਨੇ ਮੇਰੀ ਮਾਫ਼ੀ ਕਬੂਲ ਨਹੀਂ ਕੀਤੀ ਨਾ ਕਬੂਲ ਕਰਨ ਦਾ ਕਾਰਨ ਕੀ ਸੀ ਮੇਰੀ ਆਵਾਜ਼ ਨੂੰ ਦੱਬਣਾ ਜੋ ਆਵਾਜ਼ ਬਲਾਤਕਾਰੀਆਂ ਦੇ ਵਿਰੁੱਧ ਖੜੀ ਹੈ ਜੋ ਆਵਾਜ਼ ਬਲਾਤਕਾਰੀਆਂ ਨੂੰ ਸਜ਼ਾ ਦਿਵਾਉਣ ਲਈ ਖੜਦੀ ਆ ਉਹ ਆਵਾਜ਼ ਜਿਹੜੀ ਕਹਿੰਦੀ ਆ ਕਿ ਜਿਹੜਾ ਵੀ ਬਲਾਤਕਾਰੀ ਆ ਜੇ ਉਹਨੂੰ ਕਾਨੂੰਨ ਸਜ਼ਾ ਨਹੀਂ ਦਿੰਦਾ ਤਾਂ ਉਹਦਾ ਇਨਕਾਊਂਟਰ ਕਰ ਦੇਣਾ ਚਾਹੀਦਾ ਠੀਕ ਇਸ ਕਰਕੇ ਮੇਰੀ ਉਸ ਆਵਾਜ਼ ਨੂੰ ਦੱਬਣ ਲਈ ਕਿਉਂਕਿ ਇਹਨਾਂ ਨੂੰ ਪਤਾ ਸੀਗਾ ਕਿ ਇਹਨਾਂ ਦੇ ਖਿਲਾਫ਼ ਮੇਰੇ ਕੋਲ ਪਰੂਫ ਆ ਮੈਂ ਕਾਰਵਾਈ ਕਰੂੰਗੀ ਅਤੇ ਇਹਨਾਂ ਨੇ ਮੈਨੂੰ ਜੇਲ੍ਹ 'ਚ ਭੇਜ ਚਲੋ ਮੈਂ ਇੱਕ ਗੱਲ ਕਹਿੰਦੀ ਹਾਂ ਕਿ ਮੈਂ ਇੱਕ ਗਲਤੀ ਇਨਸਾਨ ਦੇ ਪਰਿਵਰਤਨ ਦੀ ਗੱਲ ਕਰਕੇ ਮੈਂ ਹੋ ਸਕਦਾ ਕਿਸੇ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੋਵੇ ਅਤੇ ਮੈਂ ਵਾਰ ਵਾਰ ਮਾਫ਼ੀ ਮੰਗੀ ਅਤੇ ਜੋ ਸੋਚੀ ਤਾਂ ਉਸ ਹਿਸਾਬ ਨਾਲ ਮੈਂ 55 ਦਿਨ ਅੰਦਰ ਲਗਾ ਕੇ ਜੋ ਕਿ ਬਿਲਕੁਲ ਅਨਨੈਸੈਸਰੀ ਸੀਗੀ ਕਿਉਂਕਿ ਬੇਲ ਤੋਂ ਬਾਅਦ ਦੂਜੀ ਵਾਰ ਐਫ ਆਈ ਆਰ ਕਰਕੇ ਅਰੈਸਟ ਕਰਨਾ ਇਹ ਕਿਤੇ ਵੀ ਨਹੀਂ ਹੁੰਦਾ ਅਤੇ ਉਹ ਚੀਜ਼ ਹੋਈ ਉਹ ਤੁਹਾਡੇ ਸਾਰਿਆਂ ਦੇ ਸਾਹਮਣੇ ਸੀਗਾ ਕਿ ਕਿਸ ਤਰੀਕੇ ਨਾਲ ਮੇਰੇ ਨਾਲ ਚਾਤੀ ਕੀਤੀ ਗਈ ਸੋ ਮੈਂ 55 ਦਿਨ ਅੰਦਰ ਲਗਾ ਕੇ ਆਈ ਪਰ ਇਹਨਾਂ ਦੀ ਜੋ ਕੋਸ਼ਿਸ਼ ਸੀਗੀ ਮੇਰੀ ਆਵਾਜ਼ ਨੂੰ ਦੱਬਣ ਦੀ ਉਹ ਆਵਾਜ਼ ਮੈਂ ਪਹਿਲਾਂ ਵੀ ਕਹਿੰਦੀ ਹੁੰਦੀ ਹਾਂ ਨਾ ਪਹਿਲਾਂ ਦੱਬੀ ਗਈ ਹੈ ਅਤੇ ਨਾ ਅੱਜ ਦੱਬੀ ਜਾਊਗੀ ਕਿਉਂਕਿ ਜਿਹੜੀਆਂ ਜਦੋਂ ਇਸ ਰਾਹ 'ਤੇ ਤੁਰੇ ਸੀਗੇ ਮੈਂ ਪਹਿਲਾਂ ਵੀ ਕਿਹਾ ਸੀ ਕਫਨ ਬੰਨ੍ਹ ਕੇ ਤੁਰੇ ਸੀਗੇ ਕੋਈ ਪਤਾ ਨਹੀਂ ਕਦੋਂ ਇਸ ਰਾਹ ਦੇ ਉੱਤੇ ਮੌਤ ਆ ਜਾਣੀ ਆ ਕੋਈ ਪਤਾ ਨਹੀਂ ਕਦੋਂ ਇਸ ਰਾਹ ਦੇ ਉੱਤੇ ਚੱਲਦੇ ਹੋਏ ਆਹ ਇਹੋ ਜਿਹੀਆਂ ਕੇਸ ਝੂਠੇ ਇਹੋ ਜਿਹੀਆਂ ਚੀਜ਼ਾਂ ਦਾ ਸਾਹਮਣਾ ਕਰਨਾ ਪੈ ਸਕਦਾ ਸੋ ਮੈਂ ਇਹਨਾਂ ਚੀਜ਼ਾਂ ਨੂੰ ਪ੍ਰੀਪੇਅਰ ਸੀਗੀ ਮੇਰੀ ਆਵਾਜ਼ ਤੋਂ ਦੱਬ ਨਹੀਂ ਸਕੇ ਪਰ ਉਹ ਇਨਸਾਫ ਆ ਦੇਖੋ ਉਹ ਚੀਜ਼ ਜੋ ਇਹਨਾਂ ਨੇ ਮੇਰੀ ਦਬਾਉਣ ਦੀ ਕੋਸ਼ਿਸ਼ ਕੀਤੀ ਕਿ ਮੈਂ ਲੜਾਈ ਨਾ ਕਰ ਪਾਵਾਂ ਅੱਜ ਆਪਣੇ ਆਪ ਸਾਹਮਣੇ ਆ ਗਈ ਕੱਲ੍ਹ ਖੁਦ DSP ਦੁੱਗਲ ਅਤੇ ਮੈਜਿਸਟ੍ਰੇਟ ਸਾਹਿਬ ਨੇ ਜਾ ਕੇ ਲੇਡੀਜ਼ ਰੈਸਕਿਊ ਕੀਤੀਆਂ ਨੇ ਉੱਥੋਂ ਅਤੇ ਹੁਣ ਮੈਂ ਇਹ ਗੱਲ ਪੁੱਛਣਾ ਚਾਹੁੰਦੀ ਹਾਂ ਉਹ ਸ਼ਸ਼ੀ ਗਿੱਲ ਜਿਹਨੇ ਮੇਰੇ 'ਤੇ ਪਰਚਾ ਜਿਹੜਾ ਮੇਰਾ ਮੇਨ ਕੰਪਲੇਨੈਂਟ ਸੀਗਾ ਉਹ ਰੰਗਰੇਟਾ ਮੈਂ ਅੱਜ ਤੱਕ ਨਹੀਂ ਬੋਲੀ ਸੀ ਉਸ ਬੰਦੇ ਖਿਲਾਫ਼ ਅੱਜ ਬੋਲ ਰਹੀ ਹਾਂ ਉਹ ਰੰਗਰੇਟਾ ਅਤੇ ਉਹ ਕੁਮਾਰ ਦਰਸ਼ਨ ਉਹ ਰੋਨੀ ਗਿੱਲ ਉਹ ਕਿੱਥੇ ਨੇ ਅੱਜ ਉਹਨਾਂ ਦੀਆਂ ਧਾਰਮਿਕ ਭਾਵਨਾਵਾਂ ਹਰਟ ਨਹੀਂ ਹੋਈਆਂ ਅੱਜ ਉਹਨਾਂ ਦੇ ਧਰਮ ਨੂੰ ਠੇਸ ਨਹੀਂ ਪਹੁੰਚੀ ਕਿ ਉਹ ਮੰਦਰ ਜਿਸ ਮੰਦਰ 'ਤੇ ਜੋ ਵਰਲਡ ਫੇਮਸ ਮੰਦਰ ਆ ਜਿੱਥੇ ਦੁਨੀਆ ਭਰ ਤੋਂ ਲੋਕ ਸ਼ਰਧਾ ਦੇ ਨਾਲ ਮੱਥਾ ਟੇਕਣ ਆਉਂਦੇ ਆ ਕੋਈ ਵੀ ਧਾਰਮਿਕ ਸਥਾਨ ਆ ਨਾ ਜਿਹੜਾ ਉਹ ਲੋਕਾਂ ਦੀ ਸ਼ਰਧਾ ਕਰਕੇ ਲੋਕ ਉੱਥੇ ਆਉਂਦੇ
ਉਹ ਬਹੁਤ ਪਵਿੱਤਰ ਮੰਨੇ ਜਾਂਦੇ ਕਿਉਂ ਉਸ ਪਵਿੱਤਰ ਧਰਤੀ ਦੇ ਉੱਤੇ ਉਸ ਪਵਿੱਤਰ ਮੰਦਰ ਦੇ ਉੱਤੇ ਉਸ ਪਵਿੱਤਰ ਧਰਮ ਸਥਲ ਦੇ ਅੰਦਰ ਦੋ ਔਰਤਾਂ ਦੇ ਨਾਲ ਬੰਦੀ ਬਣਾ ਕੇ ਜਬਰ ਜਨਾਹ ਕਰਨਾ ਉਹ ਵੀ ਉਹਨਾਂ ਲੋਕਾਂ ਵੱਲੋਂ ਜਿਨ੍ਹਾਂ ਨੂੰ ਇਹ ਆਪਣਾ ਧਾਰਮਿਕ ਗੁਰੂ ਮੰਨਦੇ ਆ ਇਹ ਧਰਮ ਦੇ ਠੇਕੇਦਾਰ ਜਿਹੜੇ ਹੈਗੇ ਨੇ ਮੈਂ ਪਹਿਲਾਂ ਵੀ ਬੋਲਦੀ ਹਾਂ ਮੈਂ ਕਿਸੇ ਧਰਮ ਦੇ ਵਿਰੁੱਧ ਨਹੀਂ ਪਰ ਇਹ ਜਿਹੜੇ ਧਰਮ ਦੇ ਠੇਕੇਦਾਰ ਨੇ ਇਹਨਾਂ ਨੇ ਮੁਖੌਟੇ ਪਾਏ ਹੋਏ ਨੇ ਇਹਨਾਂ ਦਾ ਸਰਕਾਰਾਂ ਦੇ ਨਾਲ ਨੈਕਸਸ ਹੁੰਦਾ ਆ ਇਹ ਸਰਕਾਰਾਂ ਨਾਲ ਮਿਲੇ ਹੋਏ ਨੇ ਇਹਨਾਂ ਨੇ ਸਰਕਾਰ ਨਾਲ ਮਿਲ ਕੇ ਮੌਜੂਦਾ ਸਰਕਾਰ ਨਾਲ ਮਿਲ ਕੇ ਉਹ ਜਿਹੜੇ ਲੀਡਰ ਨੇ ਉਹਨਾਂ ਨਾਲ ਮਿਲ ਕੇ ਸਾਰਿਆਂ ਨੂੰ ਪਤਾ ਹੀ ਆ ਮੇਰੀ ਆਵਾਜ਼ ਦੱਬਣ ਦੀ ਕੋਸ਼ਿਸ਼ ਕੀਤੀ ਮੈਨੂੰ ਅਰੈਸਟ ਕਰਾਉਣ ਦੀ ਸੋਚੋ ਮੈਂ ਕਿੱਡਾ ਵੱਡਾ ਜੁਰਮ ਕੀਤਾ ਸੀਗਾ ਮੇਰੀ ਖਾਤਰ ਰੇਲ ਜਾਮ ਕੀਤੀ ਗਈ ਸੀਗੀ ਹੁਣ ਦੋ ਅਪਰਾਧੀ ਫਰਾਰ ਨੇ ਹੁਣ ਸਿਰਫ ਨਛੱਤਰ ਨਾਥ ਅਤੇ ਸੂਰਜ ਨਾਥ ਫੜੇ ਗਏ ਨੇ ਦੋ ਅਪਰਾਧੀ ਅੱਜ ਵੀ ਫਰਾਰ ਨੇ ਹੁਣ ਰੇਲ ਜਾਮ ਕਿਉਂ ਨਹੀਂ ਹੋ ਰਹੀ ਹੈਗੀ ਹੁਣ ਤੱਕ ਤਾਂ ਹੁਣ ਤਾਂ ਮੈਂ ਤਾਂ ਚਲੋ ਹੋਰ ਭਾਈ ਤਾਂ ਹੁਣ ਤਾਂ ਗੁਨਾਹ ਕੀਤਾ ਗਿਆ ਆ ਹੁਣ ਉਹ ਸ਼ਸ਼ੀ ਗਿੱਲ ਹੋਣੇ ਉਹ ਰੋਨੀ ਗਿੱਲ ਹੋਣੇ ਹੁਣ ਰੰਗਰੇਟਾ ਕਿਉਂ ਚੁੱਪ ਆ ਉਦੋਂ ਮੇਰੇ ਬਾਰੇ ਕਦੇ ਜਦੋਂ ਮੈਨੂੰ ਅਰੈਸਟ ਕੀਤਾ ਕਹਿ ਰਿਹਾ ਸੀਗਾ ਕਾਂ ਟੰਗ ਕੇ ਕੀਲੇ 'ਤੇ ਟੰਗ ਤਾਂ ਫਲਾਨਾ ਧਮਕਾ ਜੋ ਵੀ ਵਟਐਵਰ ਮੈਂ ਤਾਂ ਸੁਣੀਆਂ ਨਹੀਂ ਗਈ ਮੈਨੂੰ ਦੱਸੀਆਂ ਗਈਆਂ ਕਿ ਕਿਵੇਂ ਬਕਵਾਸ ਕੀਤੀ ਗਈ ਅੱਜ ਉਹ ਲੋਕ ਕਿੱਥੇ ਨੇ ਅੱਜ ਉਹ ਲੋਕ ਕੀ ਉਹ ਆਪਣੇ ਪਰਿਵਾਰ 'ਚ ਜਾ ਕੇ ਆਪਣੀਆਂ ਧੀਆਂ ਭੈਣਾਂ ਨਾਲ ਨਜ਼ਰ ਮਿਲਾਉਣ ਜੋਗੇ ਹੈਗੇ ਨੇ ਕਿ ਜਿਨ੍ਹਾਂ ਨੂੰ ਅਸੀਂ ਗੁਰੂ ਮੰਨਦੇ ਸੀਗੇ ਜੋ ਸਾਡਾ ਧਾਰਮਿਕ ਸਥਾਨ ਆ ਉੱਥੇ ਇਹੋ ਜਿਹੀ ਘਟਨਾ ਹੋਈ ਮੈਂ ਅੱਜ ਉਹਨਾਂ ਸਾਰਿਆਂ ਨੂੰ ਪੁੱਛਣਾ ਚਾਹੁੰਦੀ ਹਾਂ ਤੁਸੀਂ ਪੰਜਾਬ ਦੀ ਉਸ ਧੀ ਨੂੰ ਦੱਬਣ ਦੀ ਕੋਸ਼ਿਸ਼ ਕੀਤੀ ਤੁਸੀਂ ਉਸ ਧੀ ਦੇ ਖਿਲਾਫ ਪੂਰਾ ਪੰਜਾਬ ਖੜਾ ਕਰਤਾ ਤੁਸੀਂ ਕਿਹਾ ਸੀਗਾ ਕਿ ਜੇ ਸਿਮਰਨ ਅਰੈਸਟ ਨਾ ਹੋਈ 21 ਜਨਵਰੀ ਨੂੰ ਅਸੀਂ ਪੰਜਾਬ ਬੰਦ ਕਰ ਦਾਂਗੇ ਤੁਸੀਂ ਬਾਰ ਬਾਰ ਬੋਲਦੇ ਸੀਗੇ ਕਿ ਜੇ ਸਿਮਰਨ ਅਰੈਸਟ ਨਾ ਹੋਈ ਅਸੀਂ ਦੰਗੇ ਕਰਾ ਦਾਂਗੇ ਹੁਣ ਮੈਂ ਉਹਨਾਂ ਸਭ ਨੂੰ ਪੁੱਛਣਾ ਚਾਹੁੰਦੀ ਹਾਂ ਕਿ ਹੁਣ ਮੈਂ ਕਿਹਾ ਚਲੋ ਜਨਮ ਤੋਂ ਜਿਵੇਂ ਜਾਤ ਕਹਿੰਦਾ ਨਾ ਹੋਰ ਜਾਤ ਵੀ ਸੀਗੀ ਅੱਜ ਤੁਹਾਡੀ ਜਾਤ ਵੀ ਮੈਂ ਜਾਤਾਂ ਪਾਤਾਂ 'ਚ ਵਿਸ਼ਵਾਸ ਨਹੀਂ ਕਰਦੀ ਪਰ ਮੈਂ ਗੱਲ ਕਰਦੀ ਹਾਂ ਤੁਹਾਡੀ ਜਾਤ ਦੀਆਂ ਉਸ ਧਾਰਮਿਕ ਸਥਾਨ 'ਤੇ ਸ਼ਰਧਾ ਨਾਲ ਆਈਆਂ ਉਹਨਾਂ ਔਰਤਾਂ ਨੂੰ ਬੰਦੀ ਬਣਾ ਕੇ ਉਹਨਾਂ ਦਾ ਬਲਾਤਕਾਰ ਕਰ ਦਿੱਤਾ ਗਿਆ ਅੱਜ ਉਹ ਕਿੱਥੇ ਨੇ ਅੱਜ ਚੱਕਾ ਜਾਮ ਨਹੀਂ ਹੋਊਗਾ ਹੁਣ 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 ਦੱਸੋ ਹੁਣ ਤੁਸੀਂ ਕੀ ਕਰੋਗੇ ਹੁਣ ਉਹ ਜਾਗਦੀ ਜ਼ਮੀਰ ਹੈਗੀ ਆ ਤਾਂ ਮੈਂ ਉਹਨਾਂ ਨੂੰ ਪੁੱਛਣਾ ਚਾਹੁੰਦੀ ਉਦੋਂ ਬਹੁਤ ਵੱਡੇ ਵੱਡੇ ਭਾਸ਼ਣ ਦੇ ਰਹੇ ਸੀ ਸਾਰੇ ਜਣੇ ਮੇਰੇ ਖਿਲਾਫ ਅੱਜ ਮੈਂ ਉਹਨਾਂ ਸਾਰਿਆਂ ਨੂੰ ਸਵਾਲ ਕਰਦੀ ਹਾਂ ਅਤੇ ਨਾਲ ਦੀ ਨਾਲ ਮੈਂ ਇਹ ਗੱਲ ਵੀ ਕਹਿਣਾ ਚਾਹੁੰਦੀ ਹਾਂ ਕਿ ਉਹਨਾਂ ਕਿਉਂਕਿ ਮੇਰਾ ਫਰਜ਼ ਹਮੇਸ਼ਾ ਰਿਹਾ ਕਿ ਮੈਂ ਹਮੇਸ਼ਾ ਜਿਹੜੀਆਂ ਰੇਪ ਵਿਕਟਮ ਆ ਉਹਨਾਂ ਨੂੰ ਮੈਂ ਲੀਗਲ ਏਡ ਪ੍ਰੋਵਾਈਡ ਕਰਦੀ ਹਾਂ ਕਰਦੀ ਰਹਾਂਗੀ ਸਾਰੀ ਜ਼ਿੰਦਗੀ ਕਰਾਂਗੀ ਜਿਹੜੇ ਚਾਈਲਡ ਅਬਿਊਸ ਦਾ ਸ਼ਿਕਾਰ ਆ ਉਹਨਾਂ ਦੀ ਮੈਂ ਮਦਦ ਕਰਦੀ ਹਾਂ ਕਰਦੀ ਰਹਾਂਗੀ ਅਤੇ ਇਹਨਾਂ ਲੇਡੀਜ਼ ਦੀ ਵੀ ਮੈਂ ਮੇਰੇ ਕੋਲ ਉਹਨਾਂ ਦਾ ਹਾਲੇ ਕੰਟੈਕਟ ਨਹੀਂ ਹੈ ਮੇਰੇ ਕੋਲ ਉਹਨਾਂ ਦਾ ਪਿੰਡ ਦਾ ਐਡਰੈਸ ਆ ਗਿਆ ਆ FIR ਮੇਰੇ ਕੋਲ ਪਈ ਆ ਹਲੇ ਵਾਧਾ ਜੁਰਮ ਹੋਊਗਾ ਜੇ ਬਹੁਤ ਕੁਛ ਹੋਊਗਾ ਅਤੇ ਇਹਨਾਂ ਨੂੰ ਫਾਂਸੀ ਦੀ ਸਜ਼ਾ ਦਵਾਈ ਜਾਊਗੀ ਅਤੇ ਹੁਣ ਮੈਂ ਇਹ ਦੇਖਦੀ ਹਾਂ ਕਿ ਭਾਈਚਾਰੇ ਦੇ ਲੋਕ ਮੈਂ ਸੱਚੀ ਕਹਿ ਰਹੀ ਹਾਂ ਕਿਉਂਕਿ ਮੈਂ ਕਿਸੇ ਭਾਈਚਾਰੇ ਦੇ ਵਿਰੁੱਧ ਨਹੀਂ ਮੈਂ ਇਸ ਭਾਈਚਾਰੇ ਦੇ ਲੋਕਾਂ ਦੇ ਨਾਲ ਕੰਮ ਕਰਦੀ ਆਈ ਹਾਂ ਮੈਂ ਇਸ ਭਾਈਚਾਰੇ ਦੇ ਲੋਕਾਂ ਦੇ ਲਈ ਕੰਮ ਕਰਦੀ ਆਈ ਹਾਂ ਜਿਹੜਾ ਮੈਂ ਤੁਹਾਨੂੰ ਤੁਹਾਡੇ ਨਾਲ ਪਹਿਲਾਂ ਥੋੜ੍ਹੇ ਦਿਨ ਪਹਿਲਾਂ ਸ਼ੇਅਰ ਕੀਤਾ ਸੀਗਾ ਜਿਹੜਾ ਸੁਖਪ੍ਰੀਤ ਦਾ ਕੇਸ ਆ ਜਿਹੜਾ ਮਹੇਸ਼ਰੀ ਪਿੰਡ ਆ ਮੋਗੇ ਕੋਲ ਜਿਹੜਾ ਉਹ ਜਿਹੜਾ ਉਹ ਛੋਟਾ ਜਿਹਾ ਬੱਚੇ ਦਾ ਕੇਸ ਆ ਤੁਹਾਨੂੰ ਪਤਾ ਹੀ ਹੋਣਾ 11 ਸਾਲ ਦਾ ਬੱਚਾ ਉਹ ਇੱਕ ਦਲਿਤ ਭਾਈਚਾਰੇ ਨਾਲ ਸੰਬੰਧਿਤ ਬੱਚਾ ਆ ਜਿਹਦਾ ਪਿੰਡ ਦੇ ਹੀ ਬੰਦੇ ਨੇ ਉਹਦੇ ਗੁਆਂਢੀ ਨੇ ਉਹਦਾ ਬਲਾਤਕਾਰ ਕਰਕੇ ਉਹਨੂੰ ਸਾੜ ਦਿੱਤਾ ਗਿਆ ਮੈਂ ਉਸ ਪਰਿਵਾਰ ਨਾਲ ਵੀ ਖੜੀ ਹਾਂ ਜਦਕਿ ਉਹ ਚੀਜ਼ਾਂ ਲੋਕਡਾਊਨ ਦੇ ਕਰਕੇ ਉਹਦੀ ਖਬਰ ਬਾਹਰ ਤੱਕ ਨਹੀਂ ਆਈ ਅਤੇ ਮੇਰੀ ਕੋਸ਼ਿਸ਼ ਹੈਗੀ ਹੈ ਕਿ ਉਹਨੂੰ ਵੀ ਮੀਡੀਆ 'ਚ ਲਿਆਂਦਾ ਜਾਵੇ ਉਸ ਖਬਰ ਨੂੰ ਫਿਰ ਮੈਂ ਉਹੀ ਗੱਲ ਬੋਲਦੀ ਹਾਂ ਕਿ ਇਹਨਾਂ ਚੀਜ਼ਾਂ ਦੇ ਵਿੱਚ ਇਹਨਾਂ ਗੱਲਾਂ ਦੇ ਵਿੱਚ ਹੁਣ ਉਹ ਭਾਈਚਾਰੇ ਦੇ ਲੋਕ ਕਿੱਥੇ ਨੇ ਜਿਹੜੇ ਮੇਰੇ ਵਿਰੁੱਧ ਬੋਲਦੇ ਸੀਗੇ ਜਿਨ੍ਹਾਂ ਨੂੰ ਇਹੀ ਨਹੀਂ ਪਤਾ ਸੀਗਾ ਕਿ ਗੱਲ ਹੈ ਕੀ ਅਤੇ ਉਹ ਇਹਨਾਂ ਲੋਕਾਂ ਦੇ ਪਿੱਛੇ ਲੱਗ ਕੇ ਮੇਰੇ ਵਿਰੁੱਧ ਖੜ੍ਹੇ ਹੋਏ ਸੀ ਮੈਨੂੰ ਅੱਜ ਵੀ ਯਾਦ ਆ ਕਿ ਜਦੋਂ ਮੈਨੂੰ ਅਰੈਸਟ ਕਰਕੇ ਲੈ ਕੇ ਗਏ ਸੀ ਨਾ ਅੰਮ੍ਰਿਤਸਰ ਆਹ ਜਿਹੜਾ ਨਛੱਤਰ ਆ ਇਹ ਸਭ ਤੋਂ ਮੂਹਰੀ ਹੋ ਕੇ ਖੜ੍ਹਾ ਸੀ ਅਤੇ ਜਦੋਂ ਰੇਲ ਜਾਮ ਕੀਤੀ ਗਈ ਸੀ ਨਾ ਉਦੋਂ ਵੀ ਇਹ ਸਭ ਤੋਂ ਮੂਹਰੇ ਹੋ ਕੇ ਭਾਸ਼ਣ ਦੇ ਰਿਹਾ ਸੀਗਾ ਕਿ ਬੜਾ ਆਪਣੇ ਆਪ ਨੂੰ ਸੱਚਾ ਸੁੱਚਾ ਧਾਰਮਿਕ ਇਨਸਾਨ ਮੰਨਦਾ ਸੀ ਕਿ ਧਾਰਮਿਕ ਇਨਸਾਨ ਆ ਕਰਤੂਤਾਂ ਕਰਦੇ ਇਹਨਾਂ ਨੇ ਮਤਲਬ ਉਹ ਗੁਰੂ ਮਹਾਰਾਜ ਉਹ ਮਹਾਂਰਿਸ਼ੀ ਵੀ ਸ਼ਰਮ ਸ਼ਾਰ ਹੋਣਗੇ ਕਿ ਇਹੋ ਜਿਹੇ ਲੋਕ ਸਾ ਮੇਰੀ ਮੇਰੇ ਮੰਦਰ ਦੇ ਵਿੱਚ ਮੇਰੇ ਪੁਜਾਰੀ ਸਾਡੇ ਗੁਰੂਆਂ ਪੀਰਾਂ ਨੂੰ ਵੀ ਸ਼ਰਮ ਆ ਜਾਂਦੀ ਇਹੋ ਜਿਹੇ ਲੋਕਾਂ
ਨੂੰ ਆਪਣੇ ਪੁਜਾਰੀ ਦੇ ਰੂਪ ਦੇ ਵਿੱਚ ਦੇਖ ਕੇ। ਹਮੇਸ਼ਾ ਹੀ ਕਹਿੰਦੀ ਹਾਂ ਮੈਂ ਇਸ ਦੀ ਨਹੀਂ, ਜੇ ਕਿਸੇ ਵੀ ਤਾਂ ਦੇਖੋ ਰੇਪ ਬਲਾਤਕਾਰ ਕਿਤੇ ਅਣਜਾਣ ਦੇ ਵਿੱਚ ਹੁੰਦਾ ਆ, ਉਹਨਾਂ ਨਾਲੋਂ ਵੀ ਕਿਤੇ ਜ਼ਿਆਦਾ ਘਿਨਾਉਣਾ ਹੁੰਦਾ ਜਦੋਂ ਪਰਿਵਾਰਾਂ ਜਾਂ ਧਾਰਮਿਕ ਸਥਾਨਾਂ ਦੇ ਵਿੱਚ ਹੁੰਦਾ, ਜਦੋਂ ਪੁਲਿਸ ਥਾਣਿਆਂ ਦੇ ਵਿੱਚ ਹੁੰਦਾ, ਜਦੋਂ ਉਸ ਇਨਸਾਨ ਵੱਲੋਂ ਕੀਤਾ ਜਾਂਦਾ ਆ ਜਿਹੜੇ ਇਨਸਾਨ 'ਤੇ ਭਰੋਸਾ ਹੁੰਦਾ। ਸਮਝ ਸਕਦੇ ਹੋ ਤੁਸੀਂ? ਅਤੇ ਹੁਣ ਮੈਂ ਮੇਰੇ ਵੱਲੋਂ ਸੱਚੀ ਮੁੱਚੀ ਕਹਿ ਰਹੀ ਹਾਂ, ਮੇਰੇ ਵੱਲੋਂ ਅੱਜ ਉਹਨਾਂ ਦੀ ਅੱਖ ਨੂੰ ਵੰਗਾਰ ਆ ਜਿਹੜੇ ਮੇਰੇ ਵਿਰੁੱਧ ਬੋਲਦੇ ਸੀਗੇ ਕਿ ਅੱਜ ਤੁਸੀਂ ਆਪਣੀਆਂ ਧੀਆਂ ਭੈਣਾਂ ਨਾਲ ਕਿਵੇਂ ਨਜ਼ਰਾਂ ਮਿਲਾਓਗੇ, ਕਿ ਤੁਹਾਡੇ ਧਰਮ ਦੇ ਠੇਕੇਦਾਰ ਅੱਜ ਬਲਾਤਕਾਰ ਦੇ ਕੇਸ ਦੇ ਵਿੱਚ, ਉਹ ਵੀ ਬਲਾਤਕਾਰ ਉਹਨਾਂ ਔਰਤਾਂ ਦਾ ਜਿਹੜੀਆਂ ਤੁਹਾਡੇ ਧਰਮ ਦੇ ਵਿੱਚ ਸ਼ਰਧਾ ਰੱਖਦੀਆਂ ਸੀ। ਤੁਸੀਂ ਹੁਣ ਕਿੰਨੇ ਕੁ ਚੱਕੇ ਜਾਮ ਕਰਦੇ ਹੋ ਜਿਹੜੇ ਦੋ ਬੰਦੇ ਖਰਾਬ ਨੇ ਉਹਨਾਂ ਨੂੰ ਫੜਾਉਣ ਦੇ ਲਈ? ਅਤੇ ਮੇਰੇ ਵੱਲੋਂ ਜੇ ਮੈਨੂੰ ਪਰਿਵਾਰ ਆ ਜਾਂ ਕੁੜੀਆਂ ਦਾ ਪਰਿਵਾਰ ਜਾਂ ਕੋਈ ਵੀ ਸੁਣਦਾ ਆ, ਤਾਂ ਮੈਂ ਉਹਨਾਂ ਨੂੰ ਇਹ ਕਹਿਣਾ ਚਾਹੁੰਦੀ ਹਾਂ ਕਿ ਮੈਂ ਉਹਨਾਂ ਦੇ ਨਾਲ ਖੜੀ ਹਾਂ। ਮੈਂ ਪਹਿਲਾਂ ਵੀ ਖੜੀ ਸੀ ਅਤੇ ਹੁਣ ਮੈਂ ਉਹ ਗੁਮਨਾਮ ਚਿੱਠੀਆਂ ਸਾਰਾ ਕੁਛ ਹੀ ਸ਼ੇਅਰ ਕਰਾਂਗੀ। ਮੇਰੀ ਇਹਨਾਂ ਨੂੰ ਪਤਾ ਸੀਗਾ ਕਿ ਮੈਂ ਉਹਨਾਂ ਕੁੜੀਆਂ ਨੂੰ ਲੱਭ ਰਹੀ ਹਾਂ ਜਿਨ੍ਹਾਂ ਦੀਆਂ ਮੈਨੂੰ, ਕਿਉਂਕਿ ਮੈਨੂੰ ਅਕਸਰ ਹੀ ਕਿਸੇ ਨਾ ਕਿਸੇ ਵਿਰੁੱਧ ਇਹੋ ਜਿਹੀਆਂ ਚੀਜ਼ਾਂ ਆਉਂਦੀਆਂ ਰਹਿੰਦੀਆਂ। ਮੈਨੂੰ ਬਹੁਤ ਸਾਰੇ ਸਿੰਗਰਸ ਦੇ ਵਿਰੁੱਧ ਵੀ ਕੁੜੀਆਂ ਵੱਲੋਂ ਕੰਪਲੇਂਟਸ ਆਈਆਂ ਨੇ, ਮੇਰੇ ਕੋਲ ਅਕਸਰ ਉਹ ਚੀਜ਼ਾਂ ਆਉਂਦੀਆਂ ਰਹਿੰਦੀਆਂ ਨੇ। ਅਤੇ ਜਦੋਂ ਇਹਨਾਂ ਨੂੰ ਪਤਾ ਲੱਗਿਆ ਸੀਗਾ ਕਿ ਇਹਨਾਂ ਦੇ ਖਿਲਾਫ਼ ਮੇਰੇ ਕੋਲ ਇਹੋ ਜਿਹੀਆਂ ਚੀਜ਼ਾਂ ਆਈਆਂ ਨੇ, ਇਹਨਾਂ ਨੇ ਮੇਰੀ ਆਵਾਜ਼ ਬੰਦ ਕਰਨ ਦੀ ਖਾਤਰ ਪੂਰੀ ਸਾਜ਼ਿਸ਼ ਰਚ ਕੇ, ਜੋ ਮੇਰੇ 'ਤੇ ਪਰਚਾ ਬਣਦਾ ਨਹੀਂ ਸੀਗੀ ਉਹ ਪਰਚਾ ਬਣਾਤਾ ਸੀਗਾ, ਅਤੇ ਜਿਸ ਕਰਕੇ ਮੈਂ 55 ਦਿਨ ਅੰਦਰ ਰਹੀ ਅਤੇ ਮੇਰੀ ਜ਼ਮਾਨਤ ਹਾਈਕੋਰਟ ਤੋਂ ਹੋਣ ਤੋਂ ਬਾਅਦ ਵੀ ਮੈਨੂੰ ਦੂਜੀ ਵਾਰ ਇਹਨਾਂ ਨੇ ਅਰੈਸਟ ਕਰਾਇਆ ਸੀਗਾ, ਦੂਜੀ FIR ਕਰਕੇ। ਜਦਕਿ ਕਦੇ ਵੀ ਡਬਲ ਜੀਓ ਪਾਰਟੀ ਨਹੀਂ ਹੁੰਦੀ, ਕਦੇ ਵੀ ਇੱਕੋ ਇੰਸੀਡੈਂਟ ਦੇ ਉੱਤੇ ਵਾਰ ਵਾਰ FIR ਨਹੀਂ ਹੁੰਦੀ, ਅਤੇ ਇਹਨਾਂ ਦਾ ਪਲੈਨ ਸੀ ਮੇਰੇ 'ਤੇ 22 FIR ਕਰਾਉਣ। ਅਤੇ ਹੁਣ ਮੈਂ ਉਹਨਾਂ ਸਾਰਿਆਂ ਨੂੰ ਕਹਿਣਾ ਚਾਹੁੰਦੀ ਹਾਂ ਕਿ ਹੁਣ ਤੁਸੀਂ ਦੇਖੋ ਇਨਸਾਫ ਖੁਦ ਭਗਵਾਨ ਵਾਲਮੀਕੀ ਜੀ ਨੇ ਕੀਤਾ ਹੈ। ਮੈਂ ਕਹਿੰਦੀ ਹਾਂ ਮਹਾਰਿਸ਼ੀ ਵਾਲਮੀਕੀ ਜੀ ਨੇ ਇਨਸਾਫ ਕੀਤਾ, ਕਿਉਂਕਿ ਉਹ ਸੱਚ ਦੇ ਪੁਜਾਰੀ, ਉਹ ਸ੍ਰਿਸ਼ਟੀਕਰਤਾ ਕਹੇ ਜਾਂਦੇ ਹਨ, ਉਹਨਾਂ ਨੇ ਇਨਸਾਫ ਅੱਜ ਉਹਨਾਂ ਨੇ ਉਹ ਸੱਚ ਆਪਣੇ ਆਪ ਹੀ ਸਾਹਮਣੇ ਰੱਖਿਆ। ਅਤੇ ਮੈਂ ਕਹਿੰਦੀ ਹਾਂ ਜਿਹੜਾ ਸੱਚ ਫੜਿਆ ਗਿਆ ਹੈ ਨਾ, ਇਹਦੇ ਵਿੱਚ ਇਹ ਰੱਬ ਦੀ ਰਜ਼ਾ ਹੈ, ਇਹ ਉਸ ਪਰਮਾਤਮਾ ਦੀ ਰਜ਼ਾ ਹੈ। ਉਸ ਪਰਮਾਤਮਾ ਨੇ ਖੁਦ ਅੱਗੇ ਹੋ ਕੇ ਉਹਨਾਂ ਜ਼ਾਲਮਾਂ ਨੂੰ ਸਿੱਧਾ ਆਪਣੀ ਕਠਹਿਰੇ ਦੇ ਵਿੱਚ ਜਾ ਖੜਾ ਕਰ ਦਿੱਤਾ। ਅਤੇ ਹੁਣ ਇਨਸਾਫ ਦੀ ਭਾਲ ਮੈਂ ਇਹਨਾਂ ਲੋਕਾਂ ਤੋਂ ਕਰਦੀ ਹਾਂ। ਹੁਣ ਮੈਂ ਉਹਨਾਂ ਲੋਕਾਂ ਨੂੰ ਬੋਲਦੀ ਹਾਂ ਜਿਹੜੇ ਮੇਰੇ ਵਿਰੁੱਧ ਖੜੇ ਸੀਗੇ ਕਿ ਹੁਣ ਆਵਾਜ਼ ਚੁੱਕੋ। ਅਸੀਂ ਤਾਂ ਪਹਿਲਾਂ ਵੀ ਆਵਾਜ਼ਾਂ ਚੱਕਦੇ ਰਹੇ ਹਾਂ, ਅਸੀਂ ਹੁਣ ਵੀ ਆਵਾਜ਼ਾਂ ਚੱਕਾਂਗੇ। ਅਤੇ ਹੁਣ ਉਹ ਡਾਕਟਰ ਜੋ ਮੇਰੇ ਬਾਰੇ ਬੋਲਦਾ ਸੀਗਾ, ਮੈਂ ਕਦੇ ਨਹੀਂ ਉਹਦੇ ਬਾਰੇ ਬੋਲੀ, ਮੈਂ ਕਦੇ ਕੁਛ ਨਹੀਂ ਬੋਲੀ, ਮੈਂ ਆ ਕੇ ਚੁੱਪ ਰਹੀ। ਪਰ ਹੁਣ ਉਹ ਡਾਕਟਰ, ਉਹ ਸ਼ਸ਼ੀ ਗਿੱਲ, ਉਹ ਰੋਨੀ ਜੋ ਮੇਰੀ ਪੋਸਟ 'ਤੇ ਕਮੈਂਟ ਵੀ ਕਰਦੇ ਰਹੇ ਆ, ਅੱਜ ਮੈਂ ਉਹਨਾਂ ਨੂੰ ਕਹਿੰਦੀ ਹਾਂ, ਉਹ ਕੁਮਾਰ ਦਰਸ਼ਨ, ਉਹ ਡਾਕਟਰ ਵੇਰਕਾ, ਉਹ ਡਾਵਰ, ਉਹ ਦਾਣਾ, ਉਹ ਕਿੱਥੇ ਨੇ? ਹੁਣ ਕਰੋ ਚੱਕਾ, ਹੁਣ ਯੂਜ਼ ਕਰੋ ਪਾਵਰ। ਹੁਣ ਇਹ ਲੋਕ ਉਹਨਾਂ ਨੂੰ ਬਚਾਉਣ ਦੀ ਕੋਸ਼ਿਸ਼ ਕਰਨਗੇ, ਹੁਣ ਇਹ ਗੱਲਾਂ ਵੀ ਆਉਣਗੀਆਂ ਜੇ ਝੂਠਾ ਪਰਚਾ ਆਇਆ ਜਾਂ ਬਹੁਤ ਚੀਜ਼ਾਂ ਆਉਣਗੀਆਂ, ਪਰ ਪੁੱਛਣਾ ਨਾ ਹੋਵੇ ਜਿਹੜੀਆਂ ਲੇਡੀਜ਼ ਖੁਦ ਰੈਸਕਿਊ ਕੀਤੀਆਂ ਗਈਆਂ, ਸਾਨੂੰ ਬਹੁਤ ਖੁਸ਼ ਹੋਈ। ਸੋ ਬਸ ਇੰਨੀ ਮੈਂ ਕਹਿਣਾ ਚਾਹੁੰਦੀ ਸੀਗੀ ਅਤੇ ਮੈਂ ਦੱਸਣਾ ਚਾਹੁੰਦੀ ਸੀਗੀ। ਸੋ ਮੈਂ ਅੱਗੇ ਵੀ ਬੋਲਦੀ ਹੁੰਦੀ ਹਾਂ ਕਿ ਕੁਛ ਵੀ ਹੋਵੇ, ਜੇ ਚੇਤਾ ਜੋ ਸੱਚ ਦੀ ਹੁੰਦੀ ਹੈ, ਝੂਠ ਇੱਕ ਵਾਰ ਅੱਗੇ ਆ ਸਕਦਾ ਪਰ ਅੰਤ ਹਮੇਸ਼ਾ ਸੱਚ ਹੈ, ਅਤੇ ਸੱਚ ਦੀ ਜਿੱਤ ਮੈਨੂੰ। ਜੇ ਕੋਰਟਾਂ ਕਚਹਿਰੀਆਂ 'ਚ ਇਨਸਾਫ, ਵੈਸੇ ਤਾਂ ਉੱਥੇ ਹੁੰਦਾ ਹੈ ਕਿਉਂਕਿ ਮੈਂ ਕੋਰਟ ਦੇ ਕਰਕੇ ਹੀ ਬਾਹਰ ਹਾਂ, ਜੇ ਕੋਰਟ ਇਨਸਾਫ ਨਾ ਦਿੰਦੀ ਮੈਂ ਬਾਹਰ ਨਾ ਆਉਂਦੀ। ਜੇ ਕੋਰਟਾਂ ਕਚਹਿਰੀਆਂ ਦੇ ਵਿੱਚ ਲੋਕਾਂ ਨੂੰ ਇਨਸਾਫ ਤੋਂ ਉਮੀਦ ਹੁੰਦੀ, ਤਾਂ ਇਹ ਦੇਖਿਓ ਕਿ ਇੱਥੇ ਹੀ ਭੁਗਤ ਕੇ ਜਾਂਦੇ, ਇੱਥੇ ਸਵਰਗ, ਇੱਥੇ ਨਰਕ, ਸਭ ਨੂੰ ਸਜ਼ਾ ਇੱਥੇ ਹੀ ਮਿਲਦੀ ਆ। ਅਤੇ ਅੱਜ ਉਹ ਸਜ਼ਾ ਸਾਹਮਣੇ ਆ, ਅਤੇ ਇਹਨਾਂ ਨੂੰ ਐਂਡ ਤੱਕ ਸਜ਼ਾ ਮਿਲਾਈ ਜਾਵੇ, ਠੀਕ ਹੈ ਜੀ? ਅਤੇ ਹੁਣ ਮੈਂ ਕਹਿੰਦੀ ਹਾਂ ਕਿ ਹੁਣ 295 ਦੀ ਇਹਨਾਂ 'ਤੇ ਵੀ ਲੱਗਣੀ ਚਾਹੀਦੀ, ਅਤੇ ਇਹਨਾਂ 'ਤੇ SC ST ਐਕਟ ਵੀ ਲੱਗਣਾ ਚਾਹੀਦਾ, ਕਿਉਂਕਿ ਉਹ ਦਲਿਤ ਭਾਈਚਾਰੇ ਦੀ ਸੀ। ਜੇ ਕੁਛ ਗਲਤ ਬੋਲ ਦਿੱਤਾ ਗਿਆ ਤਾਂ ਵੀ ਮਾਫ਼ ਕਰਨਾ, ਫਿਰ ਉਹੀ ਆ, ਮੈਂ ਹਰ ਧਰਮ ਦੀ ਇੱਜ਼ਤ ਕਰਦੀ ਹਾਂ, ਮੇਰੇ ਲਈ ਸਭ ਧਰਮਾਂ ਦੇ ਲੋਕ ਬਰਾਬਰ ਨੇ, ਮੇਰੇ ਲਈ ਸਭ ਜਾਤਾਂ ਦੇ ਲੋਕ ਬਰਾਬਰ ਨੇ, ਕਿਉਂਕਿ ਅਵਲੇ ਅੱਲਾ ਨੂਰ ਪਾਇਆ ਕੁਦਰਤ ਕੇ ਸਾਹਮਣੇ, ਇੱਕ ਨੂਰ 'ਤੇ ਸੱਚ ਬੁੱਝੇ ਕੌਣ ਭਲੇ ਕਹੂੰਗੇ। ਅਤੇ ਅੱਜ ਉਮੀਦ ਕਰਦੀ ਹਾਂ ਕਿ ਤੁਸੀਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋਗੇ, ਅਤੇ ਇਸ ਵੀਡੀਓ ਨੂੰ ਮੀਡੀਆ ਵਾਲੇ ਵੀ ਵੱਧ ਤੋਂ ਵੱਧ ਚਲਾਉਣਗੇ ਆਪਣੇ ਪੇਜਸ 'ਤੇ, ਤਾਂ ਕਿ ਦੁਨੀਆ ਭਰ ਦੇ ਲੋਕਾਂ ਨੂੰ ਪਤਾ ਲੱਗ ਸਕੇ ਕਿ ਇਹ ਧਰਮ ਦੇ ਠੇਕੇਦਾਰ ਲੋਕਾਂ ਦੀਆਂ ਭਾਵਨਾਵਾਂ ਅਤੇ ਜਜ਼ਬਾਤਾਂ ਦੇ ਨਾਲ ਕਿਵੇਂ ਖੇਡਦੇ ਨੇ, ਕਿਵੇਂ ਇੱਕ ਔਰਤ ਨੂੰ ਬੱਚਾ ਔਲਾਦ ਦੇਣ ਦਾ ਲਾਰਾ ਲਾ ਕੇ, ਦੇਖੋ ਇੱਕ ਸ਼ਰਧਾ ਹੈ ਨਾ, ਸ਼ਰਧਾ ਨਾਲ ਕਿਤੇ ਵੀ ਮੱਥਾ ਟੇਕਦੇ ਆ,
हर कोई टेकता है, एक माँ बनना लोचती है, तो वह उन्हें जो दस्या जाऊगा कि ठीक है, वो शरदा के नाल गई होनी, वो कितनी शरदा होनी है उस औरत की, तो वो शरदा के नाल नाल वो इज्जत फिर उठ करके रख दी कुछ लोगों ने। सो मैं देखती हूँ किन्ने क लोग उठते हैं, किन्ने क पंजाबी आ जड़े इस गल में समझ गए, किन्नियां क दियाँ जड़ियाँ जमीर ने वो जागदियां ने, किन्नियां क दी अंख में हुण सख्त वजदी आ अज मैं देखूंगी। गुरप्यारे हुण तुसीं पूरी गल जाण चुके हो, तो इस तो बाद तुसीं आप अंदाज़ा लगा सकते हो कि जिन्हें भी डेरे पंजाब दे विच खुले हुए ने, चाहे किसी भी धर्म के नाल क्यों ना संबंध रखते हो, कि ना कि असी उन्हां डेरियां विच मत्थे टेक के अजिहे पुजारी पैदा कर रहे हैं जो सिर्फ तो सिर्फ लोगों नूं ठग रहे हैं, तो अपनियां जेबां भर रहे हैं, तो कई अजिहे भी ने जो बलात्कार जिहियां घिनौनियां घटनावां नूं भी अंजाम देंदे ने अपनियां डेरियां दी चार दीवारी अंदर, तो यह उदों तक नहीं रुक सकता जदों तक आम लोग अपनियां अखां नहीं खोलते, जब तक असी डेरिया ते जाना बंद नहीं करते, जब तक असी इन्हां दे अगे चढ़ावे चढ़ाना बंद नहीं करते। उम्मीद करते हैं तुसीं सब इन्हां गल्लां दा जरूर ध्यान रखोगे। विचार चंगे लगे हुण वीडियो लाइक ते शेयर जरूर करना, बाकी अपनी भावनावां नीचे कमेंट्स दे विच तुसीं व्यक्त कर सकते हो। वाहिगुरू जी का खालसा, वाहिगुरू जी की फतेह। सिख धर्म की हर गतिविधि अते गुरबाणी वास्ते हुणे सबसक्राइब करो गुरबाणी अखंड बाणी, अते नोटिफिकेशन वास्ते बैल नूं रिंग करो।